हलका राजासंसी दे पिंड पिंडी औलक विच पिछले दिन पेंडू विकास ते पंचायती मंत्री कुलदीप सिंह धालीवाल की अगवाई च 70 कनाल जमीनी का कब्जा एक किसान कोलो छुड़वा के प्रशासन के तहत पंचायत नूं दिवाया गया सी, जो कि उक्त किसान का पिछले 60 साल तो इस जमीन नूं आबाद करके काशत करदा आ रहा सी, जिस दे तहत अज भारतीय किसान यूनियन चड़ूनी दे सूबा प्रधान दिलपाल सिंह गिल की अगवाई हेठ इस जमीन का कब्जा आबादकार किसान जसपाल सिंह नूं मुड़ तो दवाया गया। उत्ते गुरु नाम सिंह चड़ूनी किसान आगुआं दा कहना है कि पंजाब सरकार वालों छोटे किसानां दे नाल धक्का कीता जा रहा है, जिथे उन्हां वालों इत्थे पहुंच के गरीब किसानां दी जमीन छुड़वाई गई है। इत्थों तक कि जदों इस जमीन की बोली की जा रही थी उस वेले उस गरीब किसान नूं ना तो पुलिस वालों जेल में डक दिता गया, उहदे नां ने कहा कि जेकर पुलिस प्रशासन अते प्रशासन इस गरीब किसान दे नाल धक्का करेगा तो असी उसकी इट दे नाल इट खड़का देवांगे। अमृतसर तो गुरप्रीत सिंह दी रिपोर्ट, लाइव भारत। लागे चल जाओ आ जल्दी फोटो ला लो जी, सही हो जानी मेरा नाम दिलबाग सिंह गिल आ, मैं भारतीय किसान यूनियन चड़ूनी सूबा प्रधान। ये अज मसला यह आ भी पिंड पिंडी औलख दे विच आ गरीब किसान उहदे कोल 70 किले जमीन 70 कनाला जमीन आ सारी, उहदे ते अपना वो परिवार पालदा सी। ये बहुत पुराना 1971 तो लैके इन्हां ने आबाद कीतियां ने, जदों के सरकार कहिंदी हुंदी भी जमीना आबाद करन लई साडे तों पैसे लओ, ते जदों जमीना आबाद हो गईआं हुण इन्हां तों कमाई दा टाइम आया, ते हुण सरकार ने पॉलिसी तैयार करती भी जिहड़ियां पंचायत दीआं जमीना छड़ाओ, पंचायत दीआं छड़ाओ। ये तो पंचायत जुमला मुस्तरका खाता हैगा जमीन, ये बनती भी नहीं छड़ाउणी। तो धक्के नाल जिहड़े पिंड दे सरपंच नाल मिल मुल के इन्हां ने जिहड़ा माड़ी मोटके दी लगदी आ उहदी छड़ाई जांदे, जिहड़े तगड़े जमींदार जमीनां दब के बैठे आ उहनां नाल कोई नहीं जा रहा, गरीब बंदिआं नूं तंग कीता जा रहा। असीं सरकार नूं ये चेतावनी दिंदे आ ਵੀ ਦੇਖੋ ਅਸੀਂ ਤੁਹਾਡੇ ਕੰਮ 'ਚ ਲੱਤ ਨਹੀਂ ਉਡਾਉਂਦੇ, ਪੰਚਾਇਤ ਦੀ ਜ਼ਮੀਨ ਪੰਚਾਇਤ ਨੂੰ ਮਿਲਣੀ ਚਾਹੀਦੀ ਆ, ਕਿਉਂਕਿ ਪੰਚਾਇਤ ਨੂੰ ਉਹਦਾ ਠੇਕਾ ਆਵੇ, ਠੇਕੇ ਦੇ ਨਾਲ ਜਿਹੜੇ ਪੰਚਾਇਤ ਪਿੰਡ ਦਾ ਵਿਕਾਸ ਕਰਦੀ। ਪਰ ਇਹ ਨਹੀਂ ਵੀ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਤੁਸੀਂ ਉਹਨਾਂ ਦੀਆਂ ਵੀ ਖੋਹਣ ਲੱਗ ਪਏ ਜੇ, ਇਹ ਵੀ ਕੰਮ ਮਾੜਾ। ਫਿਰ ਖੋਹ ਕੇ ਤੁਸੀਂ ਬਾਹਰਲੇ ਪਿੰਡ ਵਾਲੇ ਬੰਦੇ ਨੂੰ ਦੇ ਰਹਿ ਜਾਓ, ਜਿੱਦਣ ਇਹ ਜ਼ਮੀਨ ਇਹਨਾਂ ਬੋਲੀ ਹੋਈ ਆ ਇਹਨਾਂ ਦਾ ਸਾਰਾ ਟੱਬਰ ਉਦਣ ਥਾਣੇ ਦੇ ਦਿੱਤਾ, ਥਾਣੇ ਦੇ ਕੇ ਤੇ ਇਹ ਬੋਲੀ ਕੀਤੀ। ਇਹ ਕੋਈ ਕਾਨੂੰਨ ਥੋੜ੍ਹਾ ਹੈਗਾ, ਆਪਾਂ ਇਹ ਧੱਕਾ ਨਹੀਂ ਕਰ ਸਕਦੇ, ਕਿਉਂਕਿ ਲੋਕਤੰਤਰ ਆ, ਲੋਕਤੰਤਰ 'ਚ ਧੱਕਾ ਨਹੀਂ ਚੱਲਦਾ। ਇਸ ਕਰਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਵੱਲੋਂ ਮੇਰੇ ਨਾਲ ਸਾਡੇ ਯੂਥ ਦੇ ਪ੍ਰਧਾਨ ਨੇ, ਸੂਬਾ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਸਾਡੀ ਪੂਰੀ ਟੀਮ ਆਈ ਆ। ਅਸੀਂ ਅੱਜ ਇਹਨਾਂ ਨੂੰ ਇਹਨਾਂ ਦਾ ਦਖਲ ਜਿਹੜਾ ਪਵਾ ਕੇ ਚੱਲੇ ਹਾਂ। ਪ੍ਰਸ਼ਾਸਨ ਨੇ ਕੋਈ ਇਹਨਾਂ ਨਾਲ ਧੱਕਾ ਕੀਤਾ ਜਾਂ ਜ਼ਿਆਦਤੀ ਕੀਤੀ ਤਾਂ ਅਸੀਂ ਪ੍ਰਸ਼ਾਸਨ ਦੇ ਦਰਵਾਜ਼ੇ ਖੜਕਾ ਦੇਵਾਂਗੇ, ਇਹ ਅਸੀਂ ਵਾਰਨਿੰਗ ਦੇ ਕੇ ਚੱਲੇ ਹਾਂ ਅੱਜ। ਪ੍ਰਧਾਨ ਜੀ, ਅੱਜ ਫਿਰ ਜਿਹੜਾ ਜਿੰਨੀ ਜ਼ਮੀਨ ਸੀ ਸਾਰੀ ਦਾ ਕਬਜ਼ਾ ਲੈ ਲਿਆ ਗਿਆ? ਸਾਰੀ ਦਾ ਲੈ ਲਿਆ ਜੀ, ਉੱਧਰੋਂ ਲੈ ਕੇ ਟਰੈਕਟਰਾਂ ਨੂੰ ਲਗਾਤਾ। ਫਸਲ ਬਹੁਤੀ ਬਹੁਣੀ ਚੰਗੀ ਗੱਲ ਨਹੀਂ ਹੁੰਦੀ, ਫਸਲ ਇੱਕ ਰੱਬ ਦਾ ਦਿੱਤਾ ਦਾਨ ਆ, ਉਹਨੂੰ ਬਹੁਤਾ ਨਹੀਂ ਖਰਾਬ ਕਰੀਦਾ। ਪਰ ਕਬਜ਼ੇ ਜੋਗਾ ਅਸੀਂ ਉੱਧਰ ਵਾੜਤਾ ਪੱਠੇ ਵਾੜਤੇ ਸਾਰੇ, ਇੱਧਰੋਂ ਜਿਹੜਾ ਕਬਜ਼ਾ ਉਹੀ ਲੈ ਲਿਆ। ਜੇ ਕੋਈ ਧੱਕਾ ਕਰਨਗੇ ਤਾਂ ਅਸੀਂ ਉਹਦਾ ਵਿਰੋਧ ਕਰਾਂਗੇ, ਫਿਰ ਅਸੀਂ ਇਹਨਾਂ ਦੇ ਦਫ਼ਤਰ ਘੇਰਾਂਗੇ ਜਾ ਕੇ, ਚਾਹੇ ਵੀ ਡੀ ਓ ਦਫ਼ਤਰ ਹੋਵੇ, SDM ਦਫ਼ਤਰ ਹੋਵੇ, DC ਦਫ਼ਤਰ ਹੋਵੇ, ਅਸੀਂ ਇਹਨਾਂ ਦੇ ਨਾਲ ਖੜੇ ਹਾਂ ਬਸ। ਮੇਰੀ ਵੀਡੀਓ ਨਾਲ ਵੀ ਗੱਲ ਹੋਈ ਆ, ਮੇਰੀ ਪ੍ਰਧਾਨ ਜੀ ਦੀ ਤਹਿਸੀਲਦਾਰ ਨਾਲ ਵੀ ਗੱਲ ਹੋਈ ਆ, ਅਤੇ ਇਹਨਾਂ ਨੂੰ ਦੱਸਿਆ ਵੀ ਇਹ ਤੁਸੀਂ ਇਹ ਕੰਮ ਨਾ ਕਰੋ, ਇਹ ਗਰੀਬ ਪਰਿਵਾਰ ਆ, ਇਹਨਾਂ ਕੋਲ ਕੋਈ ਕਮਾਈ ਦਾ ਸਾਧਨ ਨਹੀਂ। ਜੇ ਸਰਕਾਰ ਨੇ ਜ਼ਮੀਨਾਂ ਖੋਣੀਆਂ ਤਾਂ ਇਹਨਾਂ ਨੂੰ ਕੋਈ ਰੋਜ਼ਗਾਰ ਦੇਵੇ, ਇਹਨਾਂ ਨੂੰ ਦੇਵੇ ਸਾਰੇ ਪਰਿਵਾਰ ਨੂੰ ਨੌਕਰੀਆਂ ਦਿਓ ਵੀ ਇਹ ਆਪਣਾ ਘਰ ਚਲਾ ਸਕਣ। ਇਹ ਅਸੀਂ ਇਹ 'ਚ ਇਸ ਕੰਮ ਦਾ ਵਿਰੋਧ ਕਰਦੇ, ਜਿਹੜੀਆਂ ਗਰੀਬਾਂ ਦੀਆਂ ਜ਼ਮੀਨਾਂ ਖੋਹਦੇ ਆ, ਕਬਜ਼ਾ ਦਵਾ ਚੱਲੇ ਹਾਂ ਇਹਨਾਂ ਕੋਲ। ਲੁਧਿਆਣੇ 'ਚ ਵੀ ਉਹਨਾਂ ਨੇ ਕਾਫੀ ਕਬਜ਼ੇ ਦਵਾਏ ਆ, ਉੱਥੇ ਵੀ ਇੱਕ ਗਰੀਬ ਪਰਿਵਾਰ ਦੇ ਜਾਵੜੇ ਸੀ, ਅਸੀਂ ਉੱਥੇ ਵੀ ਉਹਨਾਂ ਨੂੰ ਘੇਰਿਆ ਸੀ। ਅਸੀਂ ਉਹਨਾਂ ਨੂੰ ਕਿਹਾ ਵੀ ਗਰੀਬਾਂ ਦੀ ਜ਼ਮੀਨਾਂ ਖੋ, ਤਕੜਿਆਂ ਦੀ ਖੋਲੋ, ਜਿਨ੍ਹਾਂ ਮਕਾਨ ਪਾਏ ਉਹ ਨਾ ਖੋ, ਅਸੀਂ ਉੱਥੇ ਵਿਰੋਧ ਕਰਾਂਗੇ ਤੁਹਾਡਾ। ਜਿੱਥੇ ਸਾਨੂੰ ਲੱਗੂਗਾ ਵੀ ਇੱਥੇ ਧੱਕਾ ਹੋਇਆ, ਗਲਤ ਹੋਇਆ, ਅਸੀਂ ਉੱਥੇ ਜਾਵਾਂਗੇ। ਇੱਥੇ ਗਲਤ ਹੋਇਆ, ਅਸੀਂ ਉੱਥੇ ਜਾਵਾਂਗੇ। ਜਿੱਥੇ ਸਹੀ ਹੋਇਆ ਉੱਥੇ ਨਹੀਂ, ਜਿੱਥੇ ਸਹੀ ਜ਼ਮੀਨ ਕਿਸੇ ਦੇ ਕੋਲੋਂ ਲਈ ਗਈ ਉਹਦੇ ਨਹੀਂ ਹੱਕ ਜਾਂਦੇ। ਪਰ ਇਹ ਆ ਵੀ ਜਿੱਥੇ ਧੱਕਾ ਹੋਇਆ ਕਿਸੇ ਗਰੀਬ ਨਾਲ, ਉੱਥੇ ਹੀ ਖੜਾਂਗੇ, ਖੜੇ ਹਾਂ। ਬਿਰਤ ਕੀਤਾ ਉਹਨਾਂ ਨੇ 1971 ਦੀ ਜ਼ਮੀਨ ਆਬਾਦ ਕੀਤੀ ਆ ਇਹਨਾਂ ਨੇ। ਜੇ ਤਾਂ ਇਹਨਾਂ ਨੇ ਹੁੰਦੀ ਨਾ ਪਹਿਲਾਂ ਇਹ ਉਹਦੀ ਪਰਚੀ ਪੁਰਚੀ ਕਟਾਉਂਦੇ ਹੁੰਦੇ ਜਾਂ ਬੋਲੀ ਤਾਂ ਲੈਂਦੇ ਹੁੰਦੇ, ਤਾਂ ਫਿਰ ਤਾਂ ਇਹਨਾਂ ਕੋਲੋਂ ਲੈ ਲੈਂਦੇ ਜਾਂ ਇਹਨਾਂ ਨੂੰ ਬੋਲੀ ਤਾਂ ਦਿੰਦੇ। ਜਦੋਂ ਪਹਿਲਾਂ ਕਿਸੇ ਸਰਕਾਰ ਨੇ ਕੀਤਾ ਨਹੀਂ, ਮੇਰਾ ਖਿਆਲ ਇਹਨਾਂ ਕੋਲ ਪੰਚਾਇਤ ਦੇ ਕਾਗਜ਼ ਵੀ ਜਿਹੜੇ ਲਿਖ ਕੇ ਦਿੱਤੇ ਆ ਪੰਚਾਇਤ ਨੇ ਵੀ ਸਾਡਾ ਇਹ ਜ਼ਮੀਨ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਪਰ ਲਿਖਿਆ ਹੋਇਆ ਹੈਗਾ ਸਾਰਾ ਕੁਛ। ਦੋ ਕੇਸ ਚੱਲਦੇ ਨੇ ਇਹਦੇ, ਉਹਨਾਂ ਨੂੰ ਕੇਸਾਂ ਦਾ ਹਵਾਲਾ ਵੀ ਦਿੱਤਾ ਵੀ ਇਹਦੇ ਕੇਸ ਵੀ ਚੱਲਦੇ ਨੇ, ਪਰ ਉਹਨਾਂ ਨੇ ਗੱਲ ਨਹੀਂ ਸੁਣੀ, ਇਹਨਾਂ ਦਾ ਕਬਜ਼ਾ ਲੈ ਲਿਆ।